ਆ ਜਾ ਦੋਏ ਚਰਖੇ ਮਸ਼ਹੂਰ ਹੋਏ ਨੇ, ਇੱਕ ਬਾਪੂ ਗਾਂਧੀ ਦਾ ਇੱਕ ਆਪਣਾ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਦੂਜਾ ਸੁਰਮਾ ਅੱਖਾਂ ਦੇ ਵਿੱਚ ਪਾ ਲਿਆ। ਇੱਕ ਤੇਰੀ ਇੱਕ ਕਹਾਂ ਸ਼ੇਣੀ, ਇੱਕ ਤੇਰੀ ਇੱਕ ਕਹਾਂ ਸ਼ੇਣੀ, ਇੱਕ ਤੇਰੀ ਲਾਲ ਘੱਗਰੀ ਨੀ ਸੋਹਣੀ। ਬੇਖਰ ਕਾਨੀ ਫੜਕ ਨੀ ਬਾਬਾ ਭੰਗੜਾ ਪਾਉਂਦਾ ਏ। ਇੱਕ ਚਰਖਾ ਗਲੀ ਦੇ ਵਿੱਚ ਡਾਲਿਆ, ਇੱਕ ਤੇਰੀ ਅੱਖ ਕਹਾਂ ਸ਼ਣੀ, ਇੱਕ ਤੇਰੀ ਅੱਖ ਕਹਾਂ ਸ਼ਣੀ। ਇੱਕ ਮਿੰਟ ਦੇਖ ਲਈਏ ਕਿੰਨਿਆਂ ਕੁ ਨੂੰ ਯਾਦ ਆ, ਕਿੰਨਿਆਂ ਕੁ ਨੂੰ ਭੁੱਲ ਗਿਆ। ਪਹਿਲਾਂ ਇੱਧਰ, ਇੱਕ ਤੇਰੀ ਅੱਖ ਕਹਾਂ ਸ਼ਣੀ, ਇੱਕ ਤੇਰੀ ਅੱਖ ਕਹਾਂ ਸ਼ਣੀ, ਇੱਕ ਤੇਰੀ ਲਾਲ ਘੱਗਰੀ। ਇੱਧਰ ਕਿੰਨਾ ਕੁ ਯਾਦ ਹੈ, ਇੱਕ ਤੇਰੀ ਲਾਲ ਘੱਗਰੀ, ਇੱਕ ਤੇਰੀ ਲਾਲ ਘੱਗਰੀ, ਇੱਕ ਤੇਰਾ ਹਾਏ ਨਖਰਾ, ਇੱਕ ਤੇਰੀ ਅੱਖ ਕਹਾਂ ਸ਼ਣੀ, ਇੱਕ ਤੇਰਾ ਹਾਏ ਨੱਕਣਾ, ਇੱਕ ਤੇਰਾ ਹਾਏ ਨੱਚਣਾ, ਇੱਕ ਤੇਰੀ ਅੱਖ ਕਹਾਂ ਸ਼ਣੀ ਸੋਹਣੀ ਹੈ। ਥੈਂਕ ਯੂ ਵੈਰੀ ਮੱਚ ਐਵਰੀਬਡੀ, ਥੈਂਕਸ, ਬੜੀ ਮਿਹਰਬਾਨੀ ਤੁਹਾਡੀ। ਸਾਈ ਮੇਰੇ ਦਿਲ ਦੀ ਆਵਾਜ਼ ਇਹੋ ਜਿਹੀ, ਮੈਂ ਨਾ ਗਾਈ ਤਾਂ ਮੈਨੂੰ ਬੜਾ ਹੋਰ ਉਂਝ ਲੱਗੂਗਾ ਕਿ ਮੈਂ ਵੀ ਇੱਥੇ ਉੱਦਾਂ ਦੇ ਗਾਣੇ ਗਾ ਕੇ ਚਲਿਆ ਗਿਆ। ਕਿਉਂਕਿ ਇੱਕ ਬਹੁਤ ਵੱਡੀ ਟ੍ਰੈਜਡੀ ਜਿਹੜੀ ਸਾਡੇ ਨਾਲ ਹੋ ਰਹੀ ਹੈ ਉਹ ਅੱਜ ਇਹ ਹੈ ਕਿ ਮਾਂ ਬਾਪ ਦੀ ਕਦਰ ਗਵਾਚ ਗਈ, ਮਾਂ ਬਾਪ ਦੀ ਇੱਜ਼ਤ ਗਵਾਚ ਗਈ ਹੈ। ਅੱਜ ਕੋਈ ਪਤਾ ਹੀ ਨਹੀਂ ਪਿਓ ਨੂੰ ਵੀ ਤੂੰ ਕਹੀ ਜਾਂਦੇ, ਮਾਂ ਨੂੰ ਵੀ ਤੂੰ ਕਹੀ ਜਾਂਦੇ, ਕਹਿੰਦੇ ਤੁਹਾਡਾ ਜ਼ਮਾਨਾ ਨਹੀਂ ਹੈ, ਇਹ ਹੁਣ ਤੁਹਾਡੇ ਜ਼ਮਾਨੇ ਲੰਘ ਗਏ। ਸਾਡਾ ਜ਼ਮਾਨਾ ਕੀ ਹੈ, ਖਾ ਕੇ ਡਰੱਗ ਟੋਇਆਂ ਦੇ ਵਿੱਚ ਪੈਣਾ, ਸਾਡਾ ਜ਼ਮਾਨਾ ਇਹ ਹੈ। ਸੋ ਮੈਂ ਇੱਕ ਅਸਥਾਈ ਆਪਣੇ ਵੱਲੋਂ ਮੇਰੇ ਦਿਲ ਦੀ ਆਵਾਜ਼ ਹੈ ਕਿ ਮਾਵਾਂ ਕੀ ਹੁੰਦੀਆਂ ਨੇ। ਤੁਸੀਂ ਅੱਜ ਕੱਲ੍ਹ ਰਿਵਾਜ਼ ਹੋ ਗਿਆ ਕਿ ਪਿੰਡ ਦੇ ਵਿੱਚੋਂ ਜਿਹੜਾ ਬੰਦਾ ਵੀ ਚਾਰ ਪੈਸੇ ਕਮਾਉਂਦਾ ਉਹ ਸ਼ਹਿਰ 'ਚ ਮੂਵ ਹੋ ਜਾਂਦਾ। ਇਹ ਮੰਗੀ ਮਾਲ ਦਾ ਗਾਣਾ ਲਿਖਿਆ, ਗਾਇਆ ਵੀ ਉਹਦਾ ਹੀ ਹੈ, ਪਰ ਮੈਨੂੰ ਚੰਗਾ ਲੱਗਿਆ ਮੈਂ ਤਾਂ ਗਾਉਣ ਲੱਗਾ। ਆਇਓ ਭਾਜੀ, ਹਾਂ ਦੇ ਦੇ ਵੀਰੇ, ਦੂਸਰੇ ਕੋਲ ਦੇ ਦਿਓ। ਇਹ ਇੱਕ ਮੁੰਡਾ ਇੱਧਰ ਥੋੜ੍ਹਾ ਜਿਹਾ ਬੇਹੋਸ਼ ਹੋ ਗਿਆ ਸਾਈਡ, ਗਰਮੀ ਜ਼ਿਆਦਾ ਕਰਕੇ ਉਹਨੂੰ ਸਾਡੇ ਜਿੰਨੇ ਵੀ ਕਰੂ ਹੈ ਇਸ ਮੇਲੇ ਦਾ ਉਹਨਾਂ ਨੂੰ ਚੁੱਕ ਕੇ ਸਾਈਡ 'ਤੇ ਕਿਤੇ ਲੈ ਜਾਓ, ਉਹਨਾਂ ਨੂੰ ਪਾਣੀ ਪੂਣੀ ਪਿਲਾਓ ਠੰਡਾ, ਅਤੇ ਮਹਾਰਾਜ ਭਲੀ ਕਰਨ।
ਸਿਰਫ ਚਾਰ ਲਾਈਨਾਂ ਗਾਉਣੀਆਂ ਨੇ, ਜੇ ਧਿਆਨ ਦੋਗੇ ਮੇਰਾ ਖਿਆਲ ਹੈ ਤੁਹਾਡੇ ਟਾਈਮ ਦਾ ਮੁੱਲ ਮੁੜੇਗਾ। ਹੁਣ ਮੁੰਡੇ ਨੇ ਕੋਠੀ ਪਾ ਲਈ ਹੈ ਬਾਹਰ, ਕਹਿੰਦਾ ਚੱਲ ਚੱਲੀਏ ਮਾਂ, ਤੈਨੂੰ ਮੈਂ ਪਿੰਡ ਨਹੀਂ ਛੱਡ ਸਕਦਾ। ਕੀ ਕਿਹਾ? ਨੀ ਚੱਲ ਮਾਂ ਉੱਠ ਉੱਠ ਸ਼ਹਿਰ ਨੂੰ ਚੱਲੀਏ, ਤੇਰੇ ਪੁੱਤ ਨੇ ਪਾਲੀ ਕੋਠੀ। ਮਾਂ ਕਹਿੰਦੀ ਬੇ ਮੈਂ ਨਹੀਂ ਜਾਣਾ, ਤੂੰ ਲੈ ਜਾ ਆਪਣੀ ਮੈਂ ਦੱਸ ਕਿੱਕਣ ਛੱਡ ਕੇ ਤੁਰ ਜਾ, ਮੈਂ ਦੱਸ ਕਿੱਕਣ ਛੱਡ ਕੇ ਤੁਰ ਜਾ, ਠੰਡੜੀ ਮਿੱਠੜੀ ਛਾਂ ਮਾਂ ਪਿੰਡ ਨਹੀਂ ਛੱਡਦੀ ਤੇ ਮੈਂ ਨਹੀਂ ਛੱਡਦਾ ਮਾਂ, ਮਾਂ ਪਿੰਡ ਨਹੀਂ ਛੱਡਦੀ ਉਹ ਮੈਂ ਨਹੀਂ ਛੱਡਦਾ ਮਾਂ, ਮਾਂ ਪਿੰਡ ਨਹੀਂ ਛੱਡਦੀ। ਉਹ ਥੈਂਕ ਯੂ। ਬਸ ਇਹ ਨਹੀਂ ਮੇਰਾ ਟਾਈਮ ਹੈ, ਕਿਉਂਕਿ ਆਪਣੇ ਟਾਈਮ ਦੇ ਅੰਦਰ ਬੰਦਾ ਜਿਹੜਾ ਰਹਿੰਦਾ ਰੱਬ ਨੂੰ ਟਾਈਮ ਦੇ ਅੰਦਰ ਰੱਖਦਾ। ਸੋ ਮੈਂ ਹਾਬੀ ਧਾਲੀਵਾਲ ਜੀ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ।